ਤਿੰਨ ਕੇਸਸ ਆ ਰਹੇ ਨੇ ਹਾਈ ਬੀਪੀ ਦੇ ਡਾਇਬਟੀਜ਼ ਦੇ ਜਾਂ ਹਾਰਟ ਡਿਜ਼ੀਜ਼ ਦੇ ਤਿੰਨ ਦੇ ਵਿੱਚੋਂ ਇੱਕ ਯੰਗ ਏਜ ਗਰੁੱਪ ਦਾ ਫਿਜ਼ੀਕਲ ਸਟ੍ਰੈਸ इमोशनल ਸਟ੍ਰੈਸ ਜਾਂ ਅੱਜਕੱਲ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਪੈਸ਼ਨ ਹੋ ਗਿਆ ਬੋਡੀ ਬਿਲਡਿੰਗ ਦਾ ਜਿਮ ਦਾ ਕ੍ਰੇਜ਼ ਹੋ ਗਿਆ ਪਰ ਬਹੁਤ ਵਾਰ ਸਾਇਲੈਂਟ ਹਾਰਟ ਅਟੈਕ ਨਹੀਂ ਹੁੰਦੇ ਆਪਾਂ ਉਸ ਦੇ ਜਿਹੜੇ ਸਿਗਨਲਸ ਹੈ ਉਹਦੇ ਜਿਹੜੇ ਵਾਰਨਿੰਗ ਸਾਈਨਸ ਹੈ ਉਹਨੂੰ ਆਪਾਂ ਇਗਨੋਰ ਕਰ ਦਿੰਦੇ ਆਂ ਸ਼ਾਇਦ ਇਹੋ ਤੇ ਕੇਸ ਹੈ ਜਿਹੜੀਆਂ ਕੰਪਲੇਂਟਸ ਹੁੰਦੀਆਂ ਜਿਹੜੀਆਂ ਇਹ ਜੇ ਐਕਚੁਅਲੀ ਸਿੰਪਟਮ ਹਾਰਟ ਅਟੈਕ ਦਾ ਹੁੰਦੀਆਂ ਤੇ ਉਹਨੇ ਆਪਾਂ ਦੋ ਭਾਰਾ ਪੰਜ ਜਾਂ ਛਾਤੀ ਦੇ ਉੱਤੇ ਇਹ ਭਰਿਆ ਭਰਿਆ ਜਿਹਾ ਲੱਗਣਾ ਜੀ ਕੱਚਾ ਹੋਣਾ ਜਵਾੜੇ 'ਚ ਪੇਨ ਹੋਣਾ ਇੱਥੇ ਸਾੜਾਂ ਇੱਕ ਥੋੜੀ ਜਿਹੀ ਜਵਾੜੇ 'ਚ ਜਵਾੜੇ 'ਚ ਜਵਾੜੇ 'ਚ ਪੇਨ ਹੋਣਾ ਐ ਸੇਮ ਟਾਈਮ ਲੋਕ ਇਸ ਨੂੰ ਕਨਫਿਊਜ਼ ਕਰ ਲੈਂਦੇ ਨੇ ਕਿ ਜੀ ਐਸਿਡਿਟੀ ਦਾ ਅਟੈਕ ਹੈਗਾ ਔਰ ਆਪਣੇ ਆਪ ਇਹ ਸੈਲਫ ਮੈਡੀਕੇਸ਼ਨ ਕਰ ਲੈਂਦੇ ਨੇ 7600 ਲੀਟਰ ਜਿਹੜਾ ਬਲੱਡ ਹੈ ਇੱਕ ਦਿਨ ਦੇ ਵਿੱਚ ਇਹ ਪੰਪ ਕਰਦਾ ਹੈ ਐਪ੍ਰੋਕਸੀਮੇਟਲੀ ਪਰ ਜਿਹੜਾ ਰੀਅਲ ਫਿਜ਼ੀਕਲ ਵਰਕ ਹੁੰਦਾ ਸੀ ਪੁਰਾਣੇ ਟਾਈਮ 'ਚ ਉਹ ਤਾਂ ਅੱਜ ਕੱਲ੍ਹ ਰਿਹਾ ਨਹੀਂ ਖਾਣਾ ਆਪਣਾ ਉਹੀ ਪੰਜਾਬੀਆਂ ਦਾ ਪਹਿਲੇ ਵਰਗਾ ਹੀ ਹੈ ਸਟ्रेस ਜਿਹੜਾ ਹੈ ਫਿਜ਼ੀਕਲ ਸਟ्रेस ਇਮੋਸ਼ਨਲ ਸਟ्रेस ਇਮੋਸ਼ਨਲ ਸਟ्रेस ਬਹੁਤ ਜ਼ਿਆਦਾ ਵੱਧ ਗਿਆ ਹੁਣ ਲਿਵਰ ਆਇਆ ਲਿਵਰ ਵੀ ਸਵੇਰੇ ਕਹਿੰਦਾ 8 ਵਜੇ ਵੀ ਲਿਆਓ ਬਰੌਂਡਾ ਬਰੌਂਡਾ ਕੁਝ ਖਾਈਏ ਲਿਆਓ ਰੋਟੀ ਹੁਣ ਚੱਕੀਏ ਲੇਕਿਨ ਜੇ ਲਿਵਰ ਨੂੰ ਉਸ ਵੇਲੇ ਦਾ ਭੁੱਖਾ ਰੱਖ ਲਿਆ ਜਿਸ ਵੇਲੇ ਲਿਵਰ ਰਾਤ ਨੂੰ 8-9 ਵਜੇ 10 ਵਜੇ ਸੋਣਾ ਚੰਦ ਉਹਨੂੰ 2 ਵਜੇ ਸੁੱਤੇ ਹੋਏ ਨੂੰ ਤੁਸੀਂ ਇੱਕਦਮ ਓਵਰ ਬਲਡਨ ਕਰਤਾ ਉਸ ਵੇਲੇ ਉਹਨੂੰ ਬਟਰ ਚਿਕਨ ਦੇ ਖਵਾਤਾ ਡਿਸਪ੍ਰਿਨ ਇੱਕ ਗੋਲੀ ਕਲੋਪੀ ਡੈਗਰਲ 75mg ਦੀ ਹਮ 4 ਤੋਂ 8 ਗੋਲੀਆਂ ਹਮ ਐਟੋਰਲਿਪ ਐਟੋਰਵਾਸਟੈਟਿਨ 80mg ਸ਼ਹੀ ਟਾਈਮ ਸਰਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਉਸ ਵਿਸ਼ੇ ਤੇ ਉਸ ਮੁੱਦੇ ਤੇ ਜਿਹੜਾ ਸਭ ਨਾਲ ਸੰਬੰਧਿਤ ਹੈ ਹਰ ਉਮਰ ਦੇ ਲੋਕਾਂ ਨਾਲ ਹਰ ਵਰਗ ਦੇ ਲੋਕਾਂ ਨਾਲ ਸੰਬੰਧਿਤ ਹੈ ਤੇ ਹਰ ਉਮਰ ਦੇ ਤੇ ਹਰ ਵਰਗ ਦੇ ਲੋਕਾਂ ਦੀ ਸਿਹਤ ਨਾਲ ਸੰਬੰਧਿਤ ਹੈ ਉਹ ਹੈ heart ਦਾ ਦਿਲ ਦਾ ਦਿਲ ਦੀਆਂ ਬਿਮਾਰੀਆਂ ਤੇ ਦਿਲ ਦੇ ਰੋਗਾਂ ਦਾ ਤੇ ਉਹਦੇ ਵਿੱਚੋਂ ਵੀ ਸਪੈਸਿਫਿਕ ਪਾਰਟਿਕੂਲਰ ਗੱਲ ਕਰਾਂਗੇ ਕਿ ਨੌਜਵਾਨ ਮੁੰਡੇ ਕੁੜੀਆਂ ਨੂੰ ਖਾਸ ਕਰਕੇ ਮੁੰਡਿਆਂ ਨੂੰ ਨੌਜਵਾਨ ਉਮਰ ਚ ਜਵਾਨੀ ਦੀ ਉਮਰ ਚ ਦਿਲ ਦੇ ਦੌਰੇ ਕਿਉਂ ਪੈ ਰਹੇ ਨੇ ਹਾਰਟ ਅਟੈਕ ਕਿਉਂ ਹੋ ਰਹੇ ਨੇ ਤੇ ਦਿਲ ਦੇ ਦੌਰੇ ਨਾਲ ਜਵਾਨੀ ਮਤਲਬ ਜਿਹੜੇ 20 ਸਾਲ ਤੋਂ ਲੈ ਕੇ 30 ਸਾਲ ਦੀ ਉਮਰ ਦੇ ਰੇਂਜ ਦੇ ਨੌਜਵਾਨ ਨੇ ਉਹਨਾਂ ਦੀਆਂ ਜਿਹੜੀਆਂ ਹਾਰਟ ਅਟੈਕ ਨਾਲ ਮੌਤਾਂ ਜਾਂ ਉਹਨਾਂ ਨੂੰ ਹਾਰਟ ਅਟੈਕ ਆ ਰਹੇ ਨੇ ਇਹ ਬਹੁਤ ਵੱਡਾ ਸਵਾਲ ਬਣਿਆ ਹੋਇਆ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਜਦੋਂ 50 ਸਾਲ ਤੋਂ ਉੱਪਰ ਹੋ ਜਾਈ 60 ਸਾਲ ਤੋਂ ਉੱਪਰ ਉਹ ਦਿਲ ਦੀਆਂ ਬਿਮਾਰੀਆਂ ਤੇ ਦਿਲ ਦੇ ਜਿਹੜੇ ਦੌਰੇ ਪੈਂਦੇ ਸੀ ਜਾਂ ਸਟ੍ਰੋਕ ਹੁੰਦੇ ਸੀ ਹੁਣ ਇਹ ਕਿਉਂ ਹੋ ਰਿਹਾ ਇਹ ਬਹੁਤ ਵੱਡਾ ਸਵਾਲ ਚਾਰੇ ਪਾਸੇ ਡਿਸਕਸ ਹੋ ਰਿਹਾ ਖਾਸ ਕਰ ਜਦੋਂ ਦੀ ਪਿਛਲੇ ਕੁਝ ਮਹੀਨਿਆਂ ਤੋਂ ਪਿਛਲੇ ਕੁਝ ਸਮੇਂ ਤੋਂ ਕੈਨੇਡਾ 'ਚ ਜਿਹੜੇ ਸਾਡੇ ਪੰਜਾਬੀ ਯੂਥ ਆਇਆ ਹੋਇਆ ਪੰਜਾਬੀ ਮੁੰਡੇ ਗਏ ਹੋਏ ਆ ਹਰ ਹਫਤੇ ਬੜਾ ਅਫਸੋਸ ਹੁੰਦਾ ਹੈ ਕਿ ਇੱਕ ਜਿਹੜੀ ਹੈ ਉਹ ਮਿਰਤਕ ਦੇ ਆਉਂਦੀ ਹੈ ਉੱਥੋਂ ਜਾਂ ਖਬਰ ਆਉਂਦੀ ਹੈ ਤੇ ਕਈ ਵਾਰ ਦੋ ਵੀ ਆ ਜਾਂਦੀਆਂ ਨੇ ਕਿ ਉੱਥੇ ਕਹਿੰਦੇ ਹਾਰਟ ਅਟੈਕ ਹੋ ਗਿਆ ਜਾਂ ਸਾਇਲੈਂਟ ਅਟੈਕ ਕਹਿੰਦੇ ਨੇ ਸਾਇਲੈਂਟ ਅਟੈਕ ਹੋ ਗਿਆ ਅ ਕੱਲ ਹੀ ਅ ਅੱਜ 3 ਮਾਰਚ ਹੈ ਤੇ ਕੱਲ ਦੀ ਖਬਰ ਹੈ ਇੱਕ ਕਿ ਦੋ ਦਿਨ ਪਹਿਲਾਂ ਹੀ ਇੱਕ ਪੰਜਾਬ ਦਾ ਨੌਜਵਾਨ ਜਿਹੜਾ ਉਹ ਅੰਗਰੇਂਡਾ ਗਿਆ ਸੀ ਤੇ ਉਹਦੇ ਹਾਰਟ ਅਟੈਕ ਨਾਲ ਡੈਥ ਹੋ ਗਈ ਸੋ ਬੜਾ ਸੀਰੀਅਸ ਮੁੱਦਾ ਹੈਗਾ ਗੰਭੀਰ ਮੁੱਦਾ ਇਹ ਤੇ ਚਰਚਾ ਕਰਨੀ ਬੰਦੀ ਹੈ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਡਾਕਟਰ ਅਮਨ ਅਗਰਵਾਲ ਜਿਹੜੇ ਕਿ ਫੈਮਿਲੀ ਫਿਜੀਸ਼ੀਨ ਨੇ ਸੰਗਰੂਰ ਦੇ ਵਿੱਚ ਮਾਲਵੇ ਦੇ ਤੁਰ ਇਲਾਕੇ ਚ ਚੈਰੀਟੇਬਲ ਹਸਪੀਟਲ ਚਲਾ ਰਹੇ ਨੇ ਤੇ ਇਹਨਾਂ ਮਸਲਿਆਂ ਤੇ ਲਿਖਦੇ ਵੀ ਰਹਿੰਦੇ ਨੇ ਅ ਐਨਵਾਇਰਨਮੈਂਟ ਦੇ ਮਸਲਿਆਂ ਤੇ ਸਿਹਤ ਨਾਲ ਜੁੜੇ ਹੋੜ ਜਿਹੜੇ ਮਸਲਿਆਂ ਤੇ ਅਸੀਂ ਬਾਬੁਸ਼ਾਈ ਦੇ ਕਾਲਮ ਦੇ ਵਿੱਚ ਅਸੀਂ ਪਬਲਿਸ਼ ਵੀ ਕਰਦੇ ਰਹੇ ਹਾਂ ਇਹਨਾਂ ਨੂੰ ਤੇ ਸੋਸ਼ੀਅਲੀ ਵੀ ਅਵੇਅਰ ਨਹੀਂ ਕਾਫੀ ਡਾਕਟਰ ਅਮਨਦੀਪ ਅਗਰਵਾਲਾ ਡਾਕਟਰ ਸਾਹਿਬ ਵੈਲਕਮ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਅ ਦੇਖੋ ਮੈਂ ਜਿਵੇਂ ਕਿ ਗੱਲ ਕੀਤੀ ਹੈ ਤੇ ਇਹ ਦਾ ਦੱਸੋ ਕਿ ਕਿਉਂਕਿ ਬਹੁਤ ਚਰਚਾ ਦਾ ਤੇ ਚਿੰਤਾ ਦਾ ਵਿਸ਼ਾ ਹੈਗਾ ਇਹ ਕਿ ਵੈਸੇ ਦਾ ਦਿਲ ਦੇ ਰੋਗ ਆਪਣੀ ਆਪ ਚੀ ਉਹਨਾਂ ਦਾ ਗਿਣਤੀ ਵਧਦੀ ਜਾ ਰਹੀ ਹੈ ਪਰ ਉਹਦੇ ਵਿੱਚੋਂ ਵੀ ਜਿਹੜਾ ਇਹ ਏਜ ਗਰੁੱਪ ਹੈਗਾ 20 ਤੋਂ ਲੈ ਕੇ 30 ਤੱਕ ਇਹਦੇ ਵਿੱਚ ਕੀ ਲੱਗਦਾ ਤੁਹਾਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਕਿਉਂ ਇਹ ਵਧ ਰਿਹਾ ਹੈ ਤੇ ਕੀ ਕਾਰਨ ਹੋ ਸਕਦੇ ਨੇ ਸਰ ਬੜਾ ਜ਼ਰੂਰੀ ਔਰ ਅਹਿਮ ਮੁੱਦਾ ਉਸੀ ਚੱਕੇ ਹੈ ਇਹ ਦੱਸਣਾ ਚਾਹੁੰਨਾ ਕਿ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਸਾਰੇ ਡਾਕਟਰਜ਼ ਹੀ ਇਹ ਨੋਟਿਸ ਕਰ ਰਹੇ ਹਾਂ ਕਿ ਜੋ ਯੰਗ ਏਜ ਗਰੁੱਪ ਹੈ ਇਸ ਦੇ ਵਿੱਚ ਹਾਰਟ ਅਟੈਕਸ ਦੇ ਕੇਸਿਸ ਦੇਖਣ ਜਾ ਰਹੇ ਹਾਂ ਪਹਿਲਾਂ ਇਹ ਗਿਣਿਆ ਜਾਂਦਾ ਸੀ ਵੀ 올ਡ ਏਜ ਦੀ ਬਿਮਾਰੀ ਹੈ ਹਾਂ ਉਹ ਜਿਹੜਾ ਟ੍ਰੈਂਡ ਹੈ ਉਹ ਡਿਸਟਰਬ ਉਹ ਚੇਂਜ ਹੋ ਗਿਆ ਹੁਣ ਇਹ ਯੂਥ ਨੂੰ ਵੀ ਅਟੈਕ ਕਰ ਰਿਹਾ ਹੈ ਹਮ ਬੱਚਿਆਂ ਦੇ ਵਿੱਚ ਬਹੁਤ ਸਾਰੀਆਂ ਕੰਡੀਸ਼ਨਸ ਹੈ ਜੋ ਅਨ ਡਾਇਗਨੋਸ ਕਈ ਵਾਰੀ ਕੰਜੇਨਿਟਲ ਹਾਰਟ ਡਿਜ਼ੀਜ਼ ਹੁੰਦੀਆਂ ਜਮਾਂਦਰੂ ਹੀ ਹੁੰਦੀਆਂ ਪਰ ਪਤਾ ਨਹੀਂ ਹੁੰਦਾ ਉਹ ਜਦੋਂ ਵੀ ਕਿਸੇ ਸਟ੍ਰੈਸ ਐਂਡ ਸਟ੍ਰੇਨ ਦੇ ਵਿੱਚ ਆਉਂਦੇ ਨੇ ਫਿਜ਼ੀਕਲ ਸਟ੍ਰੈਸ ਇਮੋਸ਼ਨਲ ਸਟ੍ਰੈਸ ਜਾਂ ਅੱਜਕੱਲ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਪੈਸ਼ਨ ਹੋ ਗਿਆ ਬੋਡੀ ਬਿਲਡਿੰਗ ਦਾ ਜਿਮ ਦਾ ਕ੍ਰੇਜ਼ ਹੋ ਗਿਆ ਉਹ ਐਕਸਟਰਾ ਬੜਾ ਸਟ੍ਰੈਨੂਸ ਵਰਕਆਊਟ ਵਗੈਰਾ ਕਰਦੇ ਆ ਤਾਂ ਉਹਨਾਂ ਦੇ ਵਿੱਚ ਵੀ ਇਹ ਚੀਜ਼ ਜਿਹੜੀ ਹੈ ਦੇਖਣ ਜਾ ਰਹੀ ਹੈ ਔਰ ਜਿਹੜੀ ਇੱਕ ਗੱਲ ਹੋ ਰਹੀ ਹੈ ਕਿ ਸਾਇਲੈਂਟ ਹਾਰਟ ਅਟੈਕ ਸਾਇਲੈਂਟ ਹਾਰਟ ਅਟੈਕ ਠੀਕ ਹੈ ਇੱਕ ਮੈਡੀਕਲ ਟਰਮੀਨੋਲੋਜੀ ਹੈ ਅਸੀਂ ਵੀ ਕਹਿੰਦੇ ਆ ਸਾਇਲੈਂਟ ਹ ਪਰ ਬਹੁਤ ਵਾਰ ਸਾਇਲੈਂਟ ਹਾਰਟ ਅਟੈਕ ਨਹੀਂ ਹੁੰਦੇ ਆਪਾਂ ਉਸ ਦੇ ਜਿਹੜੇ ਸਿਗਨਲਸ ਐ ਉਹਦੇ ਜਿਹੜੇ ਵਾਰਨਿੰਗ ਸਾਈਨਸ ਐ ਉਹਨੂੰ ਆਪਾਂ ਇਗਨੋਰ ਕਰ ਦਿੰਦੇ ਆ ਉਹਨੂੰ ਕਨਫਿਊਜ਼ ਕਰ ਲੈਨੇ ਆ ਐਸਿਡਿਟੀ ਦੇ ਨਾਲ ਕਿ ਜੇ ਤਿਜਾ ਬਣ ਗਿਆ ਆਪਣੇ ਆਪ ਹੀ ਦਵਾਈ ਲੈ ਲਈ ਕੈਮਿਸਟ ਦੇ ਕੋਲੇ ਜਾ ਕੇ ਦਵਾਈ ਲੈ ਲਈ ਮਿਸਾਲ ਦੇ ਤਰਤੇ ਮਿਸਾਲ ਦੇ ਤਰਤੇ ਕਿਹੋ ਜੀ ਜਿਹੜੀਆਂ ਕੰਪਲੇਂਟਸ ਹੁੰਦੀਆਂ ਜਿਹੜੀਆਂ ਜੇ ਐਕਚੁਅਲੀ ਸਿੰਪਟਮ ਹਾਰਟ ਅਟੈਕ ਦਾ ਹੁੰਦੀਆਂ ਤੇ ਉਵੇਂ ਆਪਾਂ ਇਗਨੋਰ ਆਾ ਛਾਤੀ ਦੇ ਉੱਤੇ ਭਾਰਾ ਪੰਜਿਆ ਹੋਣਾ ਹੂੰ ਇੱਥੇ ਭਾਰਾ ਪੰਜ ਜਾਂ ਛਾਤੀ ਦੇ ਉੱਤੇ ਇਹ ਭਰਿਆ ਭਰਿਆ ਜਿਹਾ ਲੱਗਣਾ ਜੀ ਕੱਚਾ ਹੋਣਾ ਜਵਾੜੇ 'ਚ ਪੇਨ ਹੋਣਾ ਇੱਥੇ ਸਾੜੇ ਵਿੱਚ ਥੋੜੀ ਜਿਹੀ ਜਵਾੜੇ 'ਚ ਜਵਾੜੇ 'ਚ ਜਵਾੜੇ 'ਚ ਪੇਨ ਹੋਣਾ ਅੱਛਾ ਤੇ ਲਾਸਟ ਵੀਕ ਇੱਕ ਪੇਸ਼ੈਂਟ ਆਇਆ ਜਿਸ ਦਾ ਇਹ ਸੀ ਕਿ ਜੀ ਮੇਰਾ ਬਾਕੀ ਦਾ ਇਲਾਜ ਬਾਅਦ ਕਰ ਲਿਓ ਪਹਿਲਾਂ ਜਵਾੜੇ ਦੀ ਪੇਨ ਦਾ ਮੈਨੂੰ ਕੋਈ ਆਰਾਮ ਦੇ ਦਿਓ ਇਹ ਮੇਰੇ ਪੇਨ ਬਹੁਤ ਜ਼ਬਰਦਸਤ ਹੋ ਰਹੀ ਹੈ ਉਹਦੀ ECG ਕੀਤੀ ਤੇ ਦੇਖਿਆ ਕਿ ਮੈਸਿਵ ਹਾਰਟ ਅਟੈਕ ਹੈ ਸੋ ਇਹ ਵਾਲੇ ਜਿਹੜੇ ਸਿੰਪਟਮਸ ਹੈਗੇ ਆ ਇਕਦਮ ਪਸੀਨਾ ਆਣਾ ਕਪੜਾ ਹਟੋਣਾ ਇਹ ਸਾਰੇ ਦੇ ਸਾਰੇ ਸਾਈਨਸ ਹੈਗੇ ਨੇ ਐ ਹਾਰਟ ਅਟੈਕ ਦੇ ਲੇਕਿਨ ਸੇਮ ਟਾਈਮ ਲੋਕ ਇਸ ਨੂੰ ਕਨਫਿਊਜ਼ ਕਰ ਲੈਂਦੇ ਨੇ ਕਿ ਜੀ ਐਸਿਡਿਟੀ ਦਾ ਅਟੈਕ ਹੈਗਾ ਔਰ ਆਪਣੇ ਆਪ ਹੀ ਸੈਲਫ ਮੈਡੀਕੇਸ਼ਨ ਕਰ ਲੈਂਦੇ ਨੇ ਹੁਣ ਉਹ ਸੈਲਫ ਮੈਡੀਕੇਸ਼ਨ ਕਰਕੇ ਅਗਰ ਐਂਜਾਇਨਲ ਪੇਨ ਹੈ ਤਾਂ ਥੋੜੀ ਦੇਰ ਬਾਅਦ ਉਹ ਵੈਸੇ ਹੀ ਠੀਕ ਹੋ ਜਾਣਾ ਸੋ ਜਿਹੜਾ ਵਾਰਨਿੰਗ ਸਾਈਨ ਹੈ ਉਹ ਤਾਂ ਇਗਨੋਰ ਹੋ ਗਿਆ ਅਗਲੀ ਵਾਰ ਇਹ ਰੱਬ ਜਾਣੇ ਵਾਰਨਿੰਗ ਸਾਈਨ ਹੋਏਗਾ ਜਾਂ ਉਹ ਵਾਲਾ ਵਾਰਨਿੰਗ ਸਾਈਨ ਨਹੀਂ ਮਿਲੇਗਾ ਸਿੱਧਾ ਹੀ ਏ ਕੋਈ ਮਤਭਾਗੀ ਘਟਨਾ ਹੋ ਜਾਈਗੀ ਹੂੰ ਸੋ ਇਹ ਵਾਲੀ ਜਿਹੜੀ ਚੀਜ਼ ਹੈਗੀ ਐ ਇਸ ਚੀਜ਼ ਦੇ ਬਾਰੇ ਥੋੜੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਆਂਦੀ ਆਪਾਂ ਬਹੁਤ ਕੇਅਰ ਕਰਦੇ ਆ ਹਾਰਟ ਜੋ ਕਿ ਐਡਾ ਅਹਿਮ ਆਰਗਨ ਹੈ ਜੋ ਕਿ ਦਿਨ ਦੇ ਵਿੱਚ 1 ਲੱਖ ਵਾਰੀ ਜਿਹੜਾ ਹੈ ਪੰਪ ਕਰਦਾ ਹੈ ਬਲੱਡ ਆਪਾਂ ਇੱਕ ਛੋਟਾ ਟੁੱਲੂ ਪੰਪ ਹੈ ਉਹਦੀ ਸਰਵਿਸ ਕਰਵਾ ਲੈਂਦੇ ਆ ਲੇਕਿਨ ਇਹ ਹਾਰਟ ਜਿਹੜਾ ਸਾਰੀ ਉਮਰ ਪਤਾ ਨਹੀਂ ਕਿੰਨੇ ਇਹ 7600 ਲੀਟਰ ਜਿਹੜਾ ਬਲੱਡ ਹੈ ਇੱਕ ਦਿਨ ਦੇ ਵਿੱਚ ਇਹ ਪੰਪ ਕਰਦਾ ਹੈ ਐਪ੍ਰੋਕਸੀਮੇਟਲੀ ਆਪਾਂ ਇਹਦੀ ਕੇਅਰ ਜਿਹੜੀ ਹੈ ਉਹ ਕਰਨ ਵੇਲੇ ਆਪਾਂ ਥੋੜਾ ਜਿਹਾ ਖੁੰਝ ਜਾਣੇ ਆ ਜਾਂ ਆਪਾਂ ਕਿਰਸ ਕਰ ਲੈਣੇ ਆ ਮਸ਼ੀਨਰੀ ਦੀ ਆਪਾਂ ਕਰਵਾ ਲੈਣੇ ਆ ਗੱਡੀ ਦੀ ਸਰਵਿਸ ਕਰਵਾ ਲੈਣੇ ਆ ਆਪਣੀ ਬਿਲਕੁਲ ਹਾਰ ਦੇ ਲਈ ਆਪਾਂ ਪ੍ਰੋਵੈਂਡ ਗੱਡੀ ਦੇ ਮਾੜੀ ਖੜ ਜੇ ਉਹਦੀ ਵਰਕਸ਼ਾਪ ਚਲੇ ਜਾਈਦਾ ਭੇਜ ਐਗਜੈਕਟਲੀ ਐਗਜੈਕਟਲੀ ਆਪਾਂ ਇਸ ਇਸ ਗੱਡੀ ਤੋਂ ਨਹੀਂ ਡਰਦੇ ਵੀ ਜੇ ਇਹ ਖੜ ਗਈ ਤਾਂ ਵਰਕਸ਼ਾਪ ਤੇ ਜਾਣ ਯੋਗ ਵੀ ਪਤਾ ਨਹੀਂ ਰਹਾਂਗੇ ਕਿ ਨਹੀਂ ਰਹਾਂਗੇ ਇਹਦੇ ਨਾਲ ਥੱਕਾ ਇਹਦੇ ਨਾਲ ਥੱਕਾ ਕਰ ਜਾਂਦੇ ਆਂ ਔਰ ਇੱਕ ਜਿਹੜੀ ਪਰਸੈਪਸ਼ਨ ਇੱਕ ਡਵੈਲਪ ਹੋ ਗਈ ਨਾ ਕਿ ਡਾਕਟਰ ਦੇ ਕੋਲੇ ਨਹੀਂ ਜਾਣਾ ਡਾਕਟਰ ਨੇ ਤਾਂ ਕੋਸ਼ਣਾ ਕੁਝ ਕੱਢ ਹੀ ਦੇਣਾ ਇਹ ਜਿਹੜੀ ਪਰਸੈਪਸ਼ਨ ਹੈ ਇਹ ਗਲਤ ਹੈ ਇਸ ਚੀਜ਼ ਨੂੰ ਆਪਾਂ ਨੂੰ ਬਾਹਰ ਆਉਣਾ ਪਊਗਾ ਹਾ ਹਰੇਕ ਸਮਾਜ ਦੇ ਵਿੱਚ ਆਪ ਡਾਕਟਰਸ ਵੀ ਐਸੇ ਸਮਾਜ ਚ ਆ ਰਹੇ ਆ ਜਿਹੜਾ ਸਮਾਜ ਜਿਹੜਾ ਹੈ ਓਵਰ ਆਲ ਅਗਰ ਆਪਾਂ ਕਹੀਏ ਵੈਲਿਊਜ਼ ਗਿਰ ਗਈਆਂ ਤਾਂ ਠੀਕ ਹੈ 2 4 5 10% ਬੰਦੇ ਸਾਰੇ ਪੇਸ਼ਿਆਂ ਦੇ ਵਿੱਚ ਹੀ ਹੋ ਸਕਦਾ ਹੈ ਹੋਣਗੇ ਗਲਤ ਹੋਣਗੇ ਮੈਂ ਇਹ ਨਹੀਂ ਕਹਿੰਦਾ ਪਰ ਤੁਸੀਂ ਜਿੱਥੇ ਤੁਹਾਡਾ ਮਾਨ ਖੜਦਾ ਹੈ ਉਹਦੇ ਕੋਲੇ ਜਾਓ ਲੇਕਿਨ ਆਪਣਾ ਪ੍ਰੋਪਰ ਕੁਆਲੀਫਾਈਡ ਡਾਕਟਰ ਦੇ ਕੋਲੇ ਆਪਣਾ ਚੈੱਕਅਪ ਕਰਾਓ ਕਿ ਆਪਾਂ ਇਨੀਸ਼ੀਅਲ ਸਾਈਨਸ ਨੂੰ ਕਿਤੇ ਇਗਨੋਰਟ ਨਹੀਂ ਕਰ ਰਹੇ ਤੇ ਤਰੀਕਾ ਇਹ ਵੀ ਹੁੰਦਾ ਵੀ ਸੈਕੰਡ opinion ਲੈ ਲਓ ਨਾ ਇਹ ਵੀ ਹੁੰਦਾ ਐਗਜੈਕਟਲੀ ਬਿਲਕੁਲ ਬਿਲਕੁਲ ਜਿਹੜਾ ਅ ਅੱਜਕੱਲ ਜੋ ਟ੍ਰੈਂਡ ਦੇਖ ਰਹੇ ਆ ਉਹ ਇਹ ਦੇਖ ਰਹੇ ਆ ਜਿਹੜੇ ਤਿੰਨ ਕੇਸਿਸ ਆ ਰਹੇ ਨੇ ਹਾਈ ਬੀਪੀ ਦੇ ਡਾਇਬਟੀਜ਼ ਦੇ ਜਾਂ ਹਾਰਟ ਡਿਜ਼ੀਜ਼ ਦੇ ਤਿੰਨ ਦੇ ਵਿੱਚੋਂ ਇੱਕ ਯੰਗ ਏਜ ਗਰੁੱਪ ਦਾ ਹੂੰ ਸੋ ਇਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਯੂਥ ਨੂੰ ਅੱਜ ਕੱਲ ਕਿੰਨਾ ਜ਼ਿਆਦਾ ਇਹ ਚੀਜ਼ ਹੋ ਰਹੀ ਹੈ ਤੁਸੀਂ ਇੱਕ ਬੜਾ ਅਹਿਮ ਤਿੰਨ ਚੋ ਇੱਕ ਹਰ ਇੱਕ ਯੰਗ ਹੈ ਜੀ ਐਗਜ਼ੈਕਟਲੀ ਜੀ ਬੜਾ ਜੀ ਬਹੁਤ ਜ਼ਿਆਦਾ ਜੀ ਇੱਕ ਹੋਰ ਚੀਜ਼ ਜਿਹੜੀ ਹੈ ਆਪਾਂ ਇੰਡੀਅਨਸ ਨੂੰ ਇਹ ਵਾਲੀ ਬਿਮਾਰੀ ਜੋ ਹੈ ਦੇਖਣ ਦੇ ਵਿੱਚ ਆਇਆ ਹੈ ਕਿ ਇਹ ਵੈਸਟਰਨ ਕੰਟਰੀਜ਼ ਵਾਲਿਆਂ ਦੇ ਨਾਲੋਂ 10 ਸਾਲ ਪਹਿਲਾਂ ਆਪਨੇ ਗ੍ਰਾਫਟ ਦੇ ਵਿੱਚ ਲੈ ਲੈਂਦੀ ਹੈ ਜੇ ਵੈਸਟਰਨ ਕੰਟਰੀਜ਼ ਦੇ ਵਿੱਚ ਇਹ ਵਾਲੀ ਬਿਮਾਰੀ ਔਸਟਨ 60 ਸਾਲ ਤੇ ਆਉਂਦੀ ਹੈ ਆਪਣੇ 50 ਸਾਲ ਤੇ ਆਉਂਦੀ ਹੈ ਅਗਰ ਉੱਥੇ 40 ਸਾਲ ਤੇ ਅੱਜ ਕੱਲ ਆਣੀ ਸ਼ੁਰੂ ਹੋ ਗਈ ਤਾਂ ਸਾਡੇ ਇੱਥੇ 30 ਸਾਲ ਦੀ ਏਸ ਦੇ ਵਿੱਚ ਆਣੀ ਸ਼ੁਰੂ ਹੋ ਗਈ ਸੋ ਉਹ ਵਾਲੀ ਜਿਹੜੀ ਚੀਜ਼ ਹੈਗੀ ਹੈ ਉਹ ਆਪਾਂ ਨੂੰ ਧਿਆਨ ਰੱਖਣਾ ਪਏਗਾ ਹੁਣ ਤੁਸੀਂ ਇੱਕ ਸਵਾਲ ਪੁੱਛਿਆ ਸੀ ਕਿ ਕੀ ਕਾਰਨ ਨੇ ਕਿਉਂ ਹੋ ਰਿਹਾ ਹੂੰ ਉਸ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਪੰਜਾਬ ਦੇ ਵਿਦ ਰਿਸਪੈਕਟ ਟੂ ਗੱਲ ਕਰਦੇ ਆਂ ਪੰਜਾਬੀਆਂ ਦੇ ਵਿੱਚ ਜਿਹੜਾ ਲੈਵਿਸ਼ ਖਾਣਾ ਹੈ ਆਪਾਂ ਪੰਜਾਬੀ ਜਾਣੇ ਹੀ ਆਪਣੇ ਵਧੀਆ ਖਾਣੇ ਪਾਣੇ ਕਰਕੇ ਜਾਂਦੇ ਆਂ ਲੇਕਿਨ ਉਹ ਜਿਹੜਾ ਲੈਵਿਸ਼ ਖਾਣਾ ਹੈ ਉਹੀ ਅੱਜਕੱਲ ਆਪਾਂ ਨੂੰ ਥੋੜਾ ਜਿਹਾ ਖਰਾਬ ਕਰ ਰਿਹਾ ਹੈ ਜਿਹੜਾ ਪਹਿਲੇ ਟਾਈਮ 'ਚ ਜਿਹੜਾ ਲੈਵਿਸ਼ ਖਾਣਾ ਸੀ ਉਹ ਇੱਕ ਡਿਫਰੈਂਟ ਤਰ੍ਹਾਂ ਦਾ ਲੈਵਿਸ਼ ਖਾਣਾ ਸੀ ਦੇਸੀ ਘੀ ਸੀ ਜਾਂ ਬਟਰ ਸੀ ਇਹ ਵਾਲੀਆਂ ਚੀਜ਼ਾਂ ਸੀਗੀਆਂ ਜਿਹੜੀ ਅੱਜਕੱਲ ਪੀਜ਼ਾ 버ਗਰ ਪਕੌੜੇ ਕਚੌੜੀ ਜਿਹੜੀ ਇਹ ਵਾਲੀ ਚੀਜ਼ ਆ ਗਈ ਇਹ ਆਪਾਂ ਨੂੰ ਖਰਾਬ ਕਰ ਰਹੀ ਹੈ ਤੁਸੀਂ ਕਿਸੇ ਮਰਜ਼ੀ ਹਲਵਾਈ ਦੇ ਕੋਲੇ ਜਾ ਕੇ ਤੁਸੀਂ ਦੇਖੋ ਜਿਹੜਾ ਸਵੇਰੇ ਉਹ ਨਵਾਂ ਤੇਲ ਅਗਰ ਸ਼ੁਰੂ ਕਰਦਾ ਹੈ ਹੂੰ ਉਸ ਦੇ ਵਿੱਚ ਪਹਿਲਾਂ ਉਹ ਸਭ ਤੋਂ ਪਹਿਲਾਂ ਪੂਰੀਆਂ ਤਲਦਾ ਹੂੰ ਫਿਰ ਉਸੇ ਤੇਲ ਦੇ ਵਿੱਚ ਉਹ ਦੁਪਹਿਰੇ ਸਬੂਸੇ ਜਾਂ ਅ ਆਪਣਾ ਟਿੱਕੀਆਂ ਤਲਦਾ ਹੂੰ ਫਿਰ ਜਿਹੜਾ ਤੇਲ ਬਚ ਗਿਆ ਉਹਨੂੰ ਵੀ ਉਹ ਡਿਸਕਾਰਡ ਨਹੀਂ ਕਰਦੇ ਉਹਨੂੰ ਉਹ ਕਹਿੰਦੇ ਵੀ ਇਹ ਹੀ ਤਾਂ ਰੀਅਲੀ ਟੇਸਟੀ ਚੀਜ਼ ਹੈ ਉਹਨੂੰ ਉਹ ਪਾਣਿਆ ਛੋਲਿਆਂ ਦੇ ਵਿੱਚ ਹੂੰ ਤੇ ਆਪਾਂ ਸਾਰਾ ਦਿਨ ਉਹਨਾਂ ਦਾ ਆਪਾਂ ਸਵਾਦ ਲੈ ਲੈ ਕੇ ਅਸ਼ਸ਼ ਕਰਦੇ ਆਪਾਂ ਖਾਂਦੇ ਆ ਹੋ ਉਹ ਜਿਹੜੇ ਸੈਚੂਰੇਟਿਡ ਫੈਟਸ ਹੈ ਉਹ ਜਾ ਕੇ ਆਪਣੇ ਨਾੜਾਂ ਦੇ ਵਿੱਚ ਜਮਾ ਹੁੰਦੇ ਨੇ ਔਰ ਇਹ ਵਾਲੀਆਂ ਚੀਜ਼ਾਂ ਹੁਣ ਵਰਕਆਊਟ ਉਹਨੇ ਰਹੇ ਨਹੀਂ ਜਿੰਨੇ ਪੁਰਾਣੇ ਟਾਈਮ 'ਚ ਸੀਗੇ ਜਿਹੜਾ ਲਾਈਫਸਟਾਈਲ ਵਰ ਫਰਕ ਪੈ ਗਿਆ ਹੈ ਲਾਈਫਸਟਾਈਲ ਚੇਂਜ ਹੋ ਗਿਆ ਆਪਾਂ ਸ਼ੋਗਲ ਦੇ ਲਈ ਜਿਮ ਵਗੈਰਾ ਚੱਲ ਜਾਂਦੇ ਆ ਪਰ ਜਿਹੜਾ ਰੀਅਲ ਫਿਜ਼ੀਕਲ ਵਰਕ ਹੁੰਦਾ ਸੀ ਪੁਰਾਣੇ ਟਾਈਮ 'ਚ ਉਹ ਤਾਂ ਅੱਜ ਕੱਲ ਰਹਾ ਨਹੀਂ ਖਾਣਾ ਆਪਣਾ ਉਹੀ ਪੰਜਾਬੀਆਂ ਦਾ ਪਹਿਲੇ ਵਰਗਾ ਹੀ ਹੈ ਸਟ्रेस ਜਿਹੜਾ ਹੈ ਫਿਜ਼ੀਕਲ ਸਟ्रेस ਇਮੋਸ਼ਨਲ ਸਟ्रेस ਇਮੋਸ਼ਨਲ ਸਟ्रेस ਬਹੁਤ ਜ਼ਿਆਦਾ ਵੱਧ ਗਿਆ ਹੈ ਐਕਸਰਸਾਈਜ਼ ਆਪਾਂ ਕਰਨੀ ਨਹੀਂ ਯੂਥ ਆਪਣੀ ਜਿਹੜੀ ਹੈਗੀ ਇਹ ਡਰੱਗਸ ਕਰਨੀ ਅਲਕੋਹਲ ਕਰਨੀ স্মੋਕਿੰਗ ਕਰਨੀ ਉਧਰ ਨੂੰ ਅਟਰੈਕਟ ਹੋ ਰਹੀ ਹੈ ਫਿਰ ਇਹ ਜਿਹੜੀ ਟ੍ਰਾਇਡ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਹੈ 슈ਗਰ ਦੀ ਹਾਈਪਰਟੈਨਸ਼ਨ ਦੀ ਹਮ ਹਾਈ ਕੋਲੇਸਟ੍ਰੋਲ ਦੀ ਇਹ ਵਾਲੀ ਟ੍ਰਾਇਡ ਜਿਹੜੀ ਹੈ ਇਹ ਆਪਾਂ ਲੋਕਾਂ ਦੇ ਵਿੱਚ ਸਾਰੀ ਇਹ ਤਿੰਨੇ ਸਿੰਪਟਮਸ ਜਿਹੜੇ ਨੇ ਬਹੁਤ ਕਾਮਨ ਹੋ ਗਏ ਮੋਟਾਪਾ ਬਹੁਤ ਕਾਮਨ ਹੋ ਗਿਆ ਇਹ ਵਾਲੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਪਊਗਾ ਅਗਰ ਹਾਂਜੀ ਵਿਚ ਟੋਗ ਰਿਹਾ ਕੀ ਸੀ ਯਸ ਕਰਦੇ ਹੋ ਤੁਸੀਂ ਇੱਕ ਤਾਂ ਦੋ ਗੱਲਾਂ ਪੁੱਛੜੀਆਂ ਇੱਕ ਤਾਂ ਇਹ ਵੀ ਅਵੇਅਰਨੈਸ ਵਾਸਤੇ ਕੀ ਕੁਝ ਕਰਨਾ ਚਾਹੀਦਾ ਦੂਜਾ ਇਹ ਵੀ ਕਿਹੋ ਜੇ ਤੇ ਕਦੋਂ ਤੇ ਕਿੰਨੇ ਚਿਰ ਬਾਅਦ ਜਿਹੜੇ ਟੈਸਟ ਕਰਾਉਂਦੇ ਰਹਿਣਾ ਚਾਹੀਦਾ ਜਦ ਤੁਹਾਨੂੰ ਪਤਾ ਲੱਗੇ ਵੀ ਇਹ ਮੈਨੂੰ ਇੱਕ ਪ੍ਰੀਵੈਂਟ ਕਰਨ ਵਾਸਤੇ ਤੁਹਾਨੂੰ ਇਹ ਜੇ ਪਤਾ ਹੋਵੇ ਇੱਕ ਤਾਂ ਇਹ ਆ ਚਲੋ ਤੁਸੀਂ ਖਾਣ ਪੀਣ ਦਾ ਖਿਆਲ ਰੱਖੋ ਜਹਾ ਉਹ ਦੁਜਾ ਵੀ ਐਕਸਰਸਾਈਜ਼ ਕਰੋ ਜਿਵੇਂ ਆਪਾਂ ਕਹਿਨੇ ਪਰ ਫਿਰ ਵੀ ਦੇ ਬਾਵਜੂਦ ਵੀ ਜੇ ਹੁੰਦੀ ਹੈ ਤਾਂ ਉਹਦੇ ਕੀ ਪ੍ਰਕਾਸ਼ਨਸ ਕੀ ਇੰਪਰੂਵੈਂਟਿਵ ਕਿਵੇਂ ਕੀਤਾ ਜਾ ਸਕਦਾ ਸਰ ਬਹੁਤ ਜ਼ਰੂਰੀ ਇਨਫੋਰਮੇਸ਼ਨ ਤੁਸੀਂ ਪੁੱਛ ਰਹੇ ਹੋ ਇਸ ਤੋਂ ਪਹਿਲਾਂ ਇੱਕ ਦੋ ਚੀਜ਼ਾਂ ਹੋਰ ਮੈਂ ਸਾਂਝੀਆਂ ਕਰਨਾ ਚਾਹੁੰਦਾ ਇਸ ਤੋਂ ਪਹਿਲਾਂ ਕਿ ਇਹਦੇ ਤੇ ਆਮ ਇਹ ਚੀਜ਼ ਦੱਸਣੀ ਚਾਹੁੰਦਾ ਕਿ ਆਮ ਪੋਪੂਲੇਸ਼ਨ ਦੇ ਵਿੱਚ 100 ਦੇ ਵਿੱਚੋਂ 10 ਜਨਤਾ ਦੇ ਅੰਦਰ ਇਹ 10 ਲੋਕਾਂ ਦੇ ਵਿੱਚ ਇਸ ਦੇ ਚਾਂਸਸ ਹੈ ਹਾਰਟ ਪ੍ਰੋਬਲਮ ਹੋਣ ਦੇ 10% ਇੱਥੇ 10% ਹੋ ਗਿਆ ਜੀ ਇਸੇ ਟਾਈਮ ਤੇ ਜਿਹੜੇ ਲੋਕਾਂ ਦੇ ਵਿੱਚ ਫੈਮਿਲੀ ਹਿਸਟਰੀ ਹੈਗੀ ਹਾਰਟ ਪ੍ਰੋਬਲਮ ਦੀ ਕਿਸੇ ਦੇ ਫਾਦਰ ਨੂੰ ਕਿਸੇ ਦੇ ਮਦਰ ਨੂੰ ਕਿਸੇ ਦੇ ਚਾਚੇ ਨੂੰ ਕਿਸੇ ਨੂੰ ਇਹ ਵਾਲੀ ਪ੍ਰੋਬਲਮ ਅਗਰ ਹੋਈ ਵੀ ਹੈ ਤਾਂ ਉਹਨਾਂ ਦੇ ਅੰਦਰ ਇਹ ਰਿਸਕ ਜਿਹੜਾ ਹੈ 3 ਟਾਈਮਸ ਵਾਜ ਜਾਂਦਾ ਯਾਨੀ ਉਹਨਾਂ ਦੇ ਵਿੱਚ 30% ਹੈਗਾ ਅੱਛਾ ਫਿਰ ਅੱਜ ਕੱਲ ਜਿਹੜੀ ਜਨਤਾ ਹੈ ਆਪਾਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਜਿਮ ਦੇ ਪਿੱਛੇ ਪਏ ਹੋਏ ਨੇ ਹੁਣ ਉੱਥੇ ਸਟ੍ਰੈਨੂਅਸ ਵਰਕਆਊਟ ਕਰਦੇ ਆ ਬੋਡੀ ਬਿਲਡਿੰਗ ਦੇ ਲਈ ਪਰਫਾਰਮੈਂਸ ਐਨਹਾਂਸਿੰਗ ਡਰੱਗਸ ਲੈਂਦੇ ਨੇ ਕਿ ਜੀ ਸਾਡੀ ਬੋਡੀ ਜਲਦੀ ਬਣ ਜੇ ਅਸੀਂ ਵੱਧ ਵਰਕਆਊਟ ਕਰ ਸਕੀਏ ਇਹਨਾਂ ਚੀਜ਼ਾਂ ਦਾ ਕੀ ਨੁਕਸਾਨ ਹੈ ਉਹ ਆਪਣੇ ਦਿਲ ਦੇ ਨਾਲ ਕੀ ਖਿਲਵਾੜ ਕਰਦੇ ਨੇ ਇਸ ਚੀਜ਼ ਦੇ ਬਾਰੇ ਆਪਾਂ ਨੂੰ ਥੋੜੀ ਜੀ ਜਾਗਰਤੀ ਹੋਣੀ ਚਾਹੀਦੀ ਹੈ ਸਟਰੋਂਗ ਵਰਕਆਊਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਡੀਕਲ ਐਡਵਾਈਸ ਜ਼ਰੂਰ ਲੈਣੀ ਓਕੇ ਹਮ ਔਰ ਸਭ ਤੋਂ ਜ਼ਰੂਰੀ ਚੀਜ਼ ਹਾਂਜੀ ਹਾਂਜੀ ਦੱਸੋ ਸਰ ਮੈਂ ਕਿ ਜੀ ਇੱਕ ਵਾਰ ਮੈਂ ਇਥੇ ਕਹਿੰਦੇ ਕਿ ਹੈਵੀ ਸਟਰੋਂਗ ਵਰਕਆਊਟ ਕਰਨ ਤੋਂ ਪਹਿਲਾਂ ਵੀ ਤੁਹਾਡੇ ਫਿਜੀਸ਼ਨ ਦੀ ਡਾਕਟਰ ਦੀ ਰਾਇ ਲੈਣੀ ਜ਼ਰੂਰੀ ਹੈ ਤੁਹਾਡੇ ਮਦਦ ਇਹ ਬਿਲਕੁਲ ਸਰ ਬਿਲਕੁਲ ਬੇਸਿਕਲੀ ਨਾ ਹਾਰਟ ਅਟੈਕ ਅਗਰ ਜਨਤਾ ਨੂੰ ਇਸ ਚੀਜ਼ ਜਾਣਨੀ ਜ਼ਰੂਰੀ ਹੈ ਤੁਹਾਡੇ ਮਾਧਿਅਮ ਰਹੀਂ ਮੈਂ ਇਹ ਚੀਜ਼ ਜ਼ਰੂਰ ਦੱਸਣੀ ਚਾਹਾਂਗਾ ਬਾਬੂ ਸ਼ਾਹੇ ਨੂੰ ਐਨੇ ਲੋਕ ਦੇਖਦੇ ਆ ਉਹਨਾਂ ਦੇ ਕੋਲ ਇਹ ਗੱਲ ਜਾਣਨੀ ਚਾਹੀਦੀ ਹੈ ਕਿ ਜਿਹੜੀ ਹਾਰਟ ਅਟੈਕ ਹੈ ਦੋ ਪ੍ਰਕਾਰ ਦਾ ਹੋ ਗਿਆ ਇੱਕ ਤਾਂ ਹੋ ਗਿਆ ਆਮ ਤੌਰ ਤੇ ਜੋ 올ਡ 에ਜ ਦੇ ਵਿੱਚ ਆਉਂਦਾ ਹੈ 올ਡ 에ਜ ਦੇ ਵਿੱਚ ਕਿਹੜੇ ਟਿਪੀਕਲ ਸਾਈਨਸ ਹੈ ਹਾਰਟ ਅਟੈਕ ਦੇ ਉਹ ਆਉਂਦੇ ਨੇ ਬੰਦੇ ਨੂੰ ਹੌਲੀ ਹੌਲੀ ਜਿਹੜੀਆਂ ਨਸਾਂ ਦੇ ਵਿੱਚ ਕੋਲੇਸਟ੍ਰੋਲ ਜਮਾ ਹੋਈ ਗਿਆ ਪਹਿਲਾਂ ਉਹਨੂੰ ਵਾਰਨਿੰਗ ਸਾਈਨਸ ਵੀ ਆਏ ਸਭ ਕੁਝ ਹੋਇਆ ਔਰ ਉਸ ਤੋਂ ਬਾਅਦ ਸਡਨਲੀ ਇੱਕ ਦਿਨ ਕੋਈ ਮੇਜਰ ਅਟੈਕ ਆ ਗਿਆ ਇਹ ਵਾਲੀ ਚੀਜ਼ ਹੁੰਦੀ ਹੈ ਵਾਰਨਿੰਗ ਸਾਈਨਸ ਦੇ ਵਿੱਚ ਮੈਂ ਦੱਸਿਆ ਕਿ ਬਾਹ ਦੇ ਵਿੱਚ ਜਵਾੜੇ ਦੇ ਵਿੱਚ ਹੈਵiness ਹੋ ਗਿਆ ਛਾਤੀ 'ਚ ਭਾਰਾ ਪੰਜਾ ਲੱਗਿਆ ਇਆ ਇੱਕਦਮ ਇਹ ਲੱਗਿਆ ਵੀ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਘਬਰਾਟ ਹੋ ਰਹੀ ਹੈ ਬੇਚੈਨੀ ਹੋ ਰਹੀ ਹੈ ਸਾਹ ਲੈਣਾ ਔਖਾ ਹੋ ਰਿਹਾ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਇਹ 올ਡ ਏਜ ਦੇ ਵਿੱਚ ਫਿਰ ਇੱਕਦਮ ਮੇਜਰ ਅਟੈਕ ਆ ਗਿਆ that is one kind ਦੂਸਰਾ ਹੈ ਪਲਪੀਟੇਸ਼ਨ ਹੁੰਦੀ ਹੈ ਪਲਪੀਟੇਸ਼ਨ ਜਿਹਨੂੰ ਕਹਿੰਦੇ ਪਲਪੀਟੇਸ਼ਨ ਘਬਰਾਟ ਵੀ ਕਿ ਤੁਹਾਨੂੰ ਧੜਕਣ ਬਹੁਤ ਤੇਜ਼ ਹੋ ਗਈ ਜੀ ਇਹ ਵਾਲੀ ਚੀਜ਼ ਹੁੰਦੀ ਹੈ ਬਿਕੋਜ਼ ਹਾਰਟ ਦੇ ਉੱਤੇ ਇੱਕਦਮ ਵਰਕਆਊਟ ਉਹਨੂੰ ਜ਼ਿਆਦਾ ਕਰਨਾ ਪੈਂਦਾ ਹਮ ਸਰ ਤੁਹਾਡੀ ਆਵਾਜ਼ ਕੱਟ ਰਹੀ ਜੀ ਹਾਂ ਦੂਸਰਾ ਹੈ ਜੋ ਯੰਗ ਏਜ ਦੇ ਵਿੱਚ ਹੁੰਦਾ ਉਹ ਹੈ ਸਡਨ ਉਹ ਕਿਸ ਤਰ੍ਹਾਂ ਦਾ ਹੁੰਦਾ ਕਿ ਯੰਗ ਅਏਜ ਦੇ ਵਿੱਚ ਕਈ ਵਾਰ ਵਾਰਨਿੰਗ ਸਾਈਨ ਵੀ ਨਹੀਂ ਮਿਲਦਾ ਉਹ ਕੀ ਕਾਰਨ ਉਹਦਾ ਕੀ ਹੁੰਦਾ ਹੈ ਕਿ ਬਾਡੀ ਦੇ ਵਿੱਚ ਈਵਨ ਪੋਸਟ ਕੋਵਿਡ ਕੋਵਿਡ ਤੋਂ ਬਾਅਦ ਵੀ ਇਹ ਚੀਜ਼ ਦੇਖਣ ਚ ਆ ਰਹੀ ਹੈ ਕਿ ਬਾਡੀ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਇਨਫਲੇਮੇਸ਼ਨ ਜਿਹਨੂੰ ਆਪਾਂ ਸੋਜਾ ਕਹਿ ਦਿੰਦੇ ਆ ਬਾਡੀ ਦੇ ਸੈਲਸ ਵਿੱਚ ਥੋੜਾ ਬਹੁਤ ਤਾਂ ਸੋਚ ਹੀ ਚਾਈ ਹੋਈ ਹੈ ਜਿਸ ਕਰਕੇ ਬਾਡੀ ਦੇ ਅੰਦਰ ਜੋ ਆਲਰੇਡੀ ਆਰਟਰੀਜ਼ ਦੇ ਅੰਦਰ ਥੋੜੇ ਬਹੁਤ ਵੀ ਕੋਈ ਕੋਈ ਡਿਪੋਜ਼ਿਟਸ ਹੈ ਕੋ ਕੁਛ ਹੈ ਉਥੋਂ ਕੋਈ ਵੀ ਉਹਦਾ ਹਿੱਸਾ ਡਿਟੈਚ ਹੋ ਕੇ ਉਹ ਜਿਹੜੀ ਹਾਰਟ ਨੂੰ ਸਪਲਾਈ ਕਰਦੀਆਂ ਕੋਰੋਨਰੀ ਆਲਟਰੀਜ਼ ਆ ਉਥੇ ਸਡਨਲੀ ਜਾ ਕੇ ਫਸ ਜਾਂਦਾ ਔਰ ਇੱਕਦਮ ਉਥੇ 100% ਬਲੋਕੇਜ ਕਰ ਦਿੰਦਾ ਐਜ਼ ਅ ਰਿਜ਼ਲਟ ਸਾਹ ਚੜਦਾ ਐ ਐਜ਼ ਅ ਰਿਜ਼ਲਟ ਅਗੇਨ ਜਵਾਰਿਚ ਪੇਨ ਆਉਂਦਾ ਐ ਛਾਤੀ ਚ ਹੈਵੀਨੈਸ ਹੁੰਦੀ ਐ ਪਸੀਨਾ ਆਉਂਦਾ ਐ ਘਬਰਾਹਟ ਹੁੰਦੀ ਐ ਉਹੀ ਸਾਰੇ ਸਿੰਪਟਮ ਆਉਂਦੇ ਐ ਮੈਂ ਬਾਰ ਬਾਰ ਜਾਣ ਕੇ ਰਿਪੀਟ ਕਰ ਰਿਹਾ ਤਾਂ ਕਿ ਜਨਤਾ ਦੇ ਦਿਮਾਗ ਦੇ ਵਿੱਚ ਇਹ ਵਾਲੀ ਚੀਜ਼ ਚਲੀ ਜਾਵੇ ਔਰ ਇਸ ਦੇ ਵਿੱਚ ਫਿਰ ਵਾਰਨਿੰਗ ਵੀ ਨਹੀਂ ਆਣੀ ਹੁਣ ਜਿਹੜਾ ਤੁਸੀਂ ਪੁਆਇੰਟ ਪੁੱਛ ਰਹੇ ਸੀ ਕਿ ਜਿਮ ਜਾਣ ਤੋਂ ਪਹਿਲਾਂ ਮੈਡੀਕਲ ਐਡਵਾਈਸ ਜੀ ਹਾਂ ਬਿਲਕੁਲ ਜ਼ਰੂਰੀ ਹੈ ਕਿਉਂਕਿ ਥੋੜਾ ਡਾਕਟਰ ਇਹ ਦੇਖੇਗਾ ਕਿ ਇਹ ਬੰਦਾ ਕਿੰਨੀ ਕ ਐਕਸਰਸਾਈਜ਼ ਕਰ ਸਕਦਾ ਹੈ ਕਿਤੇ ਐਂ ਤਾਂ ਨਹੀਂ ਕਿ ਐਕਸਰਸਾਈਜ਼ ਬਿਯੋਂਡ ਐਨੀ ਪਾਰਟਿਕੂਲਰ ਲਿਮਿਟ ਹੀ ਕਰੇ ਔਰ ਉਸ ਦੇ ਨਾਲ ਮੇਜਰ ਅਟੈਕ ਆ ਜੀ ਔਰ ਇਕੋਦਮ ਉਹ ਬੰਦੇ ਦੇ ਆ ਰਾਦਰ than ਡੂਇੰਗ ਐਨੀ ਗੁੱਡ ਬੋਡੀ ਦਾ ਕੋਚ ਅੱਛਾ ਕਰਨ ਨਾਲ ਉਹ ਬੋਡੀ ਦਾ ਨੁਕਸਾਨ ਕਰਦੇ ਸੋ ਇਸ ਪੱਖੋਂ ਆਪਾਂ ਨੂੰ ਐਡਵਾਈਸ ਜ਼ਰੂਰ ਲੈਣੀ ਚਾਹੀਦੀ ਹੈ ਇੱਕ ਤੁਸੀਂ ਬੜਾ ਜ਼ਰੂਰੀ ਸਵਾਲ ਪੁੱਛਿਆ ਸੀ ਮੈਂ ਉਹਦੇ ਜਵਾਬ ਤੇ ਹੁਣ ਆ ਰਿਹਾ ਹਾਂ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਅੱਗੇ ਆਪਾਂ ਨੂੰ ਗਾਹਾਂ ਲਈ ਕੀ ਕਦਮ ਲੈਣੇ ਚਾਹੀਦੇ ਟੈਸਟ ਜਾਂ ਮਤਲਬ ਉਹਦੇ ਜਿਹੜੀ ਉਹ ਨਾ ਜੀ ਸਰ ਟੈਸਟ ਦਾ ਇਹ ਹੈ ਸਰ ਕਿ ਆਪਾਂ ਨੂੰ ਜਿਹੜਾ ਪੁਰਾਣਾ ਕਨਸੈਪਟ ਸੀ ਉਹ ਖਤਮ ਹੋ ਗਿਆ ਕਿ ਆਪਾਂ ਨੂੰ ਪਹਿਲਾਂ ਇਹ ਕਹਿੰਦੇ ਸੀ ਕਿ 50 ਸਾਲ ਤੋਂ ਬਾਅਦ ਆਪਾਂ ਨੂੰ ਮੈਡੀਕਲ ਚੈੱਕਅਪ ਹਰੇਕ ਨੂੰ ਕਰਵਾਉਣਾ ਚਾਹੀਦਾ ਅੱਜ ਕੱਲ ਇਹ ਹੋ ਗਿਆ ਕਿ ਤੁਹਾਨੂੰ ਹਰੇਕ ਨੂੰ ਚਾਹੇ 25 ਸਾਲ ਦੀ ਏਜ ਤੋਂ ਬਾਅਦ ਵਾਂਸ ਇਨ ਅイヤー ਜਾਂ ਇੱਕ ਵਾਰੀ ਦੋ ਸਾਲ ਦੇ ਵਿੱਚ ਜ਼ਰੂਰ ਆਪਣਾ ਕੰਪਲੀਟ ਮੈਡੀਕਲ ਚੈੱਕਅਪ ਕਰਾਓ ਜਿਸ ਦੇ ਵਿੱਚ ਤੁਹਾਡੇ ਸਾਰੇ ਦੇ ਸਾਰੇ ਟੈਸਟ ਫੋਨ ਤੁਹਾਡਾ ਬੀਪੀ ਚੈੱਕਅਪ ਵੀ ਹੋਏਗਾ ਤੁਹਾਡੀ ਈसीजी ਵੀ ਹੋਏਗੀ ਤੁਹਾਡੀ ਇਕੋਕਾਰਡੀਓਗ੍ਰਾਫੀ ਵੀ ਹੋਏਗੀ ਟ੍ਰੈਡਮਿਲ ਟੈਸਟ ਵੀ ਹੋਏਗਾ ਲਿਪਿਡ ਪ੍ਰੋਫਾਈਲ ਵੀ ਹੋਏਗਾ ਕਾਰਡੀਓ ਸੀਆਰਪੀ ਵੀ ਹੋਏਗੀ ਹੋਮੋਸਿਸਟीन ਵੀ ਹੋਏਗੀ 슈ਗਰ ਲੈਵਲ ਚੈੱਕ ਵੀ ਹੋਏਗਾ ਔਰ ਥਾਇਰਾਇਡ ਟੈਸਟ ਵੀ ਹੋਏਗਾ ਆਮ ਤੌਰ ਤੇ ਲੋਕ ਇਹ ਪਲੇਖੇ ਚ ਵੀ ਰਹਿੰਦੇ ਨੇ ਕਿ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਟੈਸਟਾਂ ਦਾ ਪੈਕੇਜ ਕਰਵਾ ਲੈਂਦੇ ਨੇ ਔਰ ਉਹ ਵੀ ਨਾ ਇੱਕ ਮੈਂ ਸਾਰੀਆਂ ਲੈਬਸ ਬਾਰੇ ਨਹੀਂ ਕਹਿੰਦਾ ਪਰ ਕੁਝ ਲੈਬਸ ਜਿਹੜੇ ਆਪਣਾ ਸੈਂਪਲ ਲੈ ਕੇ ਉਹ ਕਹਿੰਦੇ ਆ ਜੀ ਦਿੱਲੀ ਤੋਂ ਆਊਗਾ ਸਰ ਟੈਸਟ ਹੋ ਕੇ ਬੰਬਈ ਤੋਂ ਆਊਗਾ ਕੁਝ ਇੱਕ ਐਸੇ ਟੈਸ ਉਹ ਸੈਂਟਰਸ ਬਣੇ ਹੋਏ ਨੇ ਜਿਹੜੇ ਟੈਸਟ ਕਰਦੇ ਨਹੀਂ ਵੈਸੀ ਰਿਪੋਰਟ ਦੇ ਦਿੰਦੇ ਆ ਅਲੱਗ-ਅਲੱਗ ਮੀਡੀਆ ਏਜੰਸੀਜ਼ ਨੇ ਇਸ ਦੇ ਬਾਰੇ ਸਟਿੰਗ ਆਪਰੇਸ਼ਨ ਵੀ ਟਾਈਮ ਟੂ ਟਾਈਮ ਕੀਤੇ ਨੇ ਸੋ ਕਈ ਵਾਰੀ ਨਾ ਇਹ ਸਲਾਲਰਸ ਦੇ ਵਿੱਚ ਆ ਕੇ ਲੋਕ ਕਿ ਜੀ 5500 ਵਾਲੇ ਟੈਸਟ 1500 ਚ ਹੋ ਰਹੇ ਆ ਉਹ ਆਪਣੇ ਆਪ ਹੀ ਸਿਰਫ ਟੈਸਟਿੰਗ ਕਰਵਾ ਕੇ ਉਹ ਇਸ ਭਲੇਖੇ 'ਚ ਰਹਿੰਦੇ ਆ ਕਿ ਜੀ ਸਾਡੇ ਸਾਰੇ ਟੈਸਟ ਤਾਂ ਨਾਰਮਲ ਨੇ ਜਦ ਕਿ ਅਗਰ ਉਹ ਡਾਕਟਰ ਦੇ ਕੋਲੇ ਜਾਣ ਜੋ ਲੋਕਲ ਪੈਥੋਲੋਜਿਸਟ ਬੈਠੇ ਨੇ ਐਮਡੀ ਪੈਥੋਲੋਜੀ ਡਾਕਟਰਸ ਬੈਠੇ ਨੇ ਅੱਜ ਕੱਲ ਇੰਨਾ ਕਾਮਨ ਹੋ ਗਿਆ ਕਿ ਹਰੇਕ ਸ਼ਹਿਰ ਦੇ ਵਿੱਚ ਐਮਡੀ ਪੈਥੋਲੋਜੀ ਡਾਕਟਰਸ ਤੁਹਾਨੂੰ ਮਿਲ ਜਾਂਦੇ ਨੇ ਉੱਥੇ ਜਾ ਕੇ ਜਿਹੜਾ ਉਸੇ ਸੈਂਪਲ ਦੰਦੇ ਹੋ ਔਰ ਜਿਹੜੀ ਘੰਟੇ ਡੇਢ ਘੰਟੇ ਬਾਅਦ ਤੁਹਾਨੂੰ ਲੋਕਲ ਲੈਵਲ ਤੇ ਜੋ ਰਿਪੋਰਟ ਆਉਂਦੀ ਹੈ ਇਹ ਮੱਚ ਬੈਟਰ ਹੈ ରାਦਰ ਦੈਨ ਕਿ ਆਪ ਜਿਸ ਲੈਬ ਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਉਹਦੇ ਆਪਾਂ ਸੈਂਪਲ ਭੇਜ ਰਹੇ ਆ ਉਤੋਂ ਆਪਾਂ ਨੂੰ ਰਿਪੋਰਟ ਆ ਰਹੀ ਹੈ ਰੱਬ ਜਾਣੇ ਟੈਸਟ ਕਰਕੇ ਦੇ ਰਹੇ ਆ ਜਾਂ ਬਿਨਾਂ ਟੈਸਟ ਦੇ ਦੇ ਰਹੇ ਆ ਜੀ ਕਮਰਸ਼ੀਅਲ ਜੀ 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 ਉਹ ਚੀਜ਼ ਦੇ ਪਿੱਛੇ ਆਪਣੇ ਲੋਕ ਨਾ ਪੈਣ ਹੁਣ ਸਟ੍ਰੈਪਸ ਕੀ ਕੀ ਕਰਨੇ ਚਾਹੀਦੇ ਆ ਸਮੋਕਿੰਗ ਛੱਡ ਦੇਣੀ ਚਾਹੀਦੀ ਇਮੀਡੀਏਟਲੀ ਓਕੇ ਅਲਕੋਹਲ ਡਰੱਗਸ ਜੰਕ ਫੂਡ ਇਹ ਜਿਹੜਾ ਪੀਜ਼ਾ ਚੀਜ਼ ਆ ਇਹੀ ਆਪਣੀਆਂ ਨਾੜਾਂ ਜਾ ਕੇ ਜਮਾ ਹੁੰਦਾ ਹੈ ਇਹੀ ਉਥੇ ਹਾਰਟ ਅਟੈਕ ਦਾ ਕਾਰਨ ਬਣਦਾ ਸੋ ਪੀਜ਼ੇ 버ਗਰ ਪਕੌੜੇ ਇਹਨਾਂ ਨੂੰ ਗੁੱਡ ਬਾਏ ਕਰ ਦੋ ਜਿਹੜਾ ਸਲੱਗੀਸ਼ ਲਾਈਫ ਸਟਾਈਲ ਹੈ ਕਿ ਮੰਜੇ ਤੇ ਪਏ ਰਹੇ ਖਾ ਲਿਆ ਪੀ ਲਿਆ ਸੌਂਗੇ that is wrong ਜਿਹੜਾ ਲੇਟ ਨਾਈਟਸ ਅਕਾਜਕਲ ਦੇ ਬੱਚੇ ਜਿਹੜੇ ਨਹੀਂ ਜਾਗਦੇ ਨੇ ਔਰ ਇੱਕ ਲਾਈਫ ਸਟਾਈਲ ਹੀ ਬਣ ਗਿਆ ਵੀ ਰਾਤ ਨੂੰ 3 ਵਜੇ ਸੋਏ ਸਵੇਰੇ 10 ਵਜੇ ਜਾਗੇ ਉਹ that is wrong ਜੇ ਬਿਕਾਉਜ਼ ਉਹਨਾਂ ਨੂੰ ਜਿਹੜਾ ਬਾਡੀ ਦਾ ਜਿਹੜਾ ਬਾਡੀ ਦੇ ਕਲੌਕ ਦੇ ਅਗੇਂਸਟ ਜਾ ਰਹੇ ਆ ਬਾਡੀ ਦੇ ਵਿੱਚ ਜਿਹੜੇ ਹਾਰਮੋਨਸ ਐ ਜੋ ਵੀ ਆਪਣੇ ਬਾਡੀ ਦੇ ਆਰਗਨਸ ਐ ਇੱਕ ਪਾਰਟਿਕੂਲਰ ਟਾਈਮ ਤੇ ਕੰਮ ਕਰਨਾ ਪ੍ਰੇਫਰ ਕਰਦੇ ਨੇ ਹੁਣ ਲਿਵਰ ਐ ਲਿਵਰ ਵੀ ਸਵੇਰੇ ਕਹਿੰਦਾ 8 ਵਜੇ ਵੀ ਲਿਆਓ ਪ੍ਰੌਂਟਾ ਪ੍ਰੌਂਟਾ ਕੁਝ ਖਾਈਏ ਲਿਆਓ ਰੋਟੀ ਹੁਣ ਛਕੀਏ ਲੇਕਿਨ ਜੇ ਲਿਵਰ ਨੂੰ ਉਸ ਵੇਲੇ ਦਾ ਭੁੱਖਾ ਰੱਖ ਲਿਆ ਜਿਸ ਵੇਲੇ ਲਿਵਰ ਰਾਤ ਨੂੰ 8-9 ਵਜੇ 10 ਵਜੇ ਸੋਹਣਾ ਚੰਦ ਉਹਨੂੰ 2 ਵਜੇ ਸੁੱਤੇ ਹੋਏ ਨੂੰ ਤੁਸੀਂ ਇੱਕਦਮ ਓਵਰ ਬਲਡਨ ਕਰਤਾ ਉਸ ਵੇਲੇ ਉਹਨੂੰ ਬਟਰ ਚਿਕਨ ਦੇ ਖਵਾਤਾ ਤੋ ਉਹ ਲਿਵਰ ਵੀ ਫਿਰ ਚਿੱਕਾ ਮਾਰਦਾ ਉਹਦਾ ਸਿਸਟਮ ਵੀ ਔਖਾ ਹੁੰਦਾ ਉਹ ਝਟਕਾ ਮਾਰੇਗਾ ਵੀ ਤੂੰ ਐਕਸੈਕਟਲੀ ਉਹ ਕਹਿੰਦਾ ਵੀ ਬੰਦਾ ਬੰਜਾ ਦਿਸ ਇਜ਼ ਰੋਂਗ ਬਈ ਇਹ ਨਹੀਂ ਮੈਂ ਵਣੀ ਚੱਲਣ ਦੇਣਾ ਆਊਟਡੋਰ ਗੇਮਸ ਜਿਹੜੀਆਂ ਹੈ ਇਹ ਆਪਣੇ ਬੱਚਿਆਂ ਨੂੰ ਆਪਣੇ ਪ੍ਰਮੋਟ ਕਰਨੀਆਂ ਚਾਹੀਦੀਆਂ ਜੋ ਆਊਟਡੋਰ ਗੇਮਸ ਜੋ ਆਪਣੇ ਵੇਲੇ ਸੀਗੀਆਂ ਉਹ ਉਸ ਵੇਲੇ ਆਪਣੇ ਤਾਂ ਹੀ ਕਰਕੇ ਐਡੀ ਯੂਥ ਦੇ ਵਿੱਚ ਐਡੇ ਛੋਟੇ ਬੱਚਿਆਂ 'ਚ ਨਹੀਂ ਸੀ ਹੁੰਦਾ ਹੁਣ ਅੱਜਕੱਲ ਦੇ ਬੱਚੇ ਜਿਹੜੇ ਨੇ ਸਿਰਫ ਵੀਡੀਓ ਗੇਮਸ ਖੇਡਦੇ ਨੇ ਜਾਂ ਮੋਬਾਈਲ ਤੇ ਖੇਡ ਲੇ ਇਸੇ ਚੀਜ਼ ਨੂੰ ਇਹਨਾਂ ਦੀ ਜਿਹੜੀ ਇਹ ਗੇਮ ਬੰਦੇ ਨੇ ਜੰਗ ਫੂਡ ਖਾ ਲਿਆ ਟੀਵੀ ਦੇਖ ਲਿਆ ਮੋਬਾਈਲ ਕਰ ਲਿਆ ਔਰ ਮਿੱਠੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੱਧ ਤੋਂ ਵੱਧ ਖਾ ਲੀਆਂ ਸੋ ਦੈਟ ਇਜ਼ ਬੇਸਿਕਲੀ ਰੋਂਗ ਮੈਂ ਮੰਨਦਾ ਕਿ 25 25 ਸਾਲ ਤੋਂ ਵੱਧ ਹਰੇਕ ਨੂੰ ਆਪਣਾ ਵਾਂਸ ਇਨ ਅイヤー ਜ਼ਰੂਰ ਚੱਕਾ ਕਰਨਾ ਚਾਹੀਦਾ ਨਹੀਂ ਮੈਂ ਇਹ ਤੁਹਾਡੀ ਗੱਲ ਤਾਂ ਮੈਂ ਹੋਰ ਇੱਕ ਦੋ ਸਵਾਲ ਕਰਨੇ ਮੈਂ ਲਾਸਟ ਇਕ ਤਾਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਬੀਬੀ ਬਚਪਨ ਤੋਂ ਕਈ ਵਾਰੀ ਸਿੰਪਟਮ ਹੁੰਦੇ ਨੇ ਤੁਸੀਂ 25 ਸਾਲ ਤੋਂ ਬਾਅਦ ਦੀ ਗੱਲ ਕੀਤੀ ਹੈ ਤੇ ਬੱਚਿਆਂ ਜੀ ਜੇ ਸਿੰਪਟਮ ਹੈਗੇ ਤਾਂ ਉਹਨਾਂ ਨੂੰ ਕਿਵੇਂ ਡਿਟੈਕਟ ਕੀਤਾ ਜਾ ਸਕਦਾ ਜੀ ਕੋਈ ਇਹੋ ਜਿਹਾ ਇਹਦਾ ਮਤਲਬ ਤਾਂ ਬੱਚਿਆਂ ਉਹਦੇ ਵੀ ਟੈਸਟ ਹੋਣੇ ਚਾਹੀਦੇ ਤੁਹਾਡਾ ਮਤਲਬ ਬਿਲਕੁਲ ਹੋਣੇ ਚਾਹੀਦੇ ਆ ਸਰ ਜਦੋਂ ਆਪਾਂ ਰੂਟੀਨ ਦੇ ਵਿੱਚ ਜਦੋਂ ਬੱਚੇ ਦਾ ਬਰਥ ਹੁੰਦਾ ਹੈ ਜਾਂ ਉਸ ਤੋਂ ਬਾਅਦ ਬਿਯੋਂਡ ਦੈਟ ਜਦੋਂ ਬੱਚਾ ਕਿਸੇ ਵੇਲੇ ਵੀ ਕਿਸੇ ਬਿਮਾਰੀ ਦੇ ਵਿੱਚ ਵੀ ਅਗਰ ਕੁਆਲੀਫਾਈਡ ਡਾਕਟਰ ਦੇ ਕੋਲੇ ਜਾਏਗਾ ਤਾਂ ਅਗਰ ਉਸ ਨੂੰ ਜਮਾਂਦਰੂ ਹਾਰਟ ਡਿਜ਼ੀਜ਼ ਹੈ ਜਿਹਨੂੰ ਆਪਾਂ ਕੰਜੇਨੇਟਲ ਹਾਰਟ ਡਿਜ਼ੀਜ਼ ਤੋ ਉਹ ਡਿਜ਼ੀਜ਼ ਵੈਲ ਇਨ ਟਾਈਮ ਡਾਇਗਨੋਸ ਹੋ ਜਾਏਗੀ ਔਰ ਉਸ ਵੇਲੇ ਉਸ ਦਾ ਕੋਈ ਨਾ ਕੋਈ ਇਲਾਜ ਵੀ ਬਣ ਪਾਏਗਾ ਅਗਰ ਲੋਕਲ ਲੈਵਲ ਤੇ ਨਹੀਂ ਬਣ ਪਾਏਗਾ ਤਾਂ ਕਿਸੇ ਅੱਛੇ ਸੈਂਟਰ ਤੇ ਪੀਜੀਆਈ ਦੇ ਵਿੱਚ ਏਮਜ਼ ਡੈਫੀਨਿਟਲੀ ਬਣ ਪਾਏਗਾ ਅਗਰ ਉਸ ਵੇਲੇ ਉਹ ਇਗਨੋਰ ਹੋ ਜਾਏਗੀ ਉਹੀ ਛੋਟੀ ਜੀ ਪ੍ਰੋਬਲਮ ਉਹ ਬੜੇ ਹੋ ਕੇ ਇੱਕ ਬੜਾ ਖਤਰਾ ਪੈਦਾ ਕਰ ਸਕਦੀ ਹੈ ਸੋ ਇਸ ਕਰਕੇ ਕੁਆਲੀਫਾਈਡ ਡਾਕਟਰ ਦੇ ਕੋਲੇ ਚੈੱਕਅਪ ਕਰਵਾਉਣਾ ਬਹੁਤ ਜ਼ਰੂਰੀ ਹੈ ਦੂਜਾ ਇੱਕ ਲਾਸਟ ਲਾਸਟ ਸਵਾਲ ਮੇਰਾ ਅ ਜਦੋਂ ਅ ਜਾਇਨਾ ਦੀ ਪੇਨ ਹੋ ਜਾਂਦੀ ਹੈ ਜਾਂ ਹਾਰਟ ਅਟੈਕ ਹੁੰਦਾ ਭਾਵੇਂ ਮਾਈਨਰ ਹੋਵੇ ਜਾਂ ਸਵੀਅਰ ਹੋਵੇ ਇਮੀਡੀਏਟ ਰੀਲੀਫ ਵਾਸਤੇ ਇਮੀਡੀਏਟ ਦੀ ਤਾਗੇ ਹੋ ਡਾਕਟਰ ਤੱਕ ਪਹੁੰਚੇ ਜਾਂ ਉਸ ਉਸ ਵੇਲੇ ਕੀ ਅੱਗੇ ਸੁਜੈਸਟ ਕਰਦੇ ਹੁੰਦੇ ਸੀ ਵੀ ਉਹ ਕੁਝ ਟੈਬਲੇਟਸ ਹੈਗੀਆਂ ਨੇ ਜਾਂ ਕੁਝ ਆਹ ਕਰ ਲਓ ਕੀ ਕੀ ਕਰਨਾ ਚਾਹੀਦਾ ਇਹ ਇਹ ਬਹੁਤ ਜ਼ਰੂਰੀ ਹੁੰਦਾ ਉਹ ਜਿਹੜਾ ਪੀਰੀਅਡ ਹੁੰਦਾ ਉਹ ਹਸਪੀਟਲ ਜਾਣ ਤੋਂ ਪਹਿਲਾਂ ਦਾ ਸਰੇ ਬਹੁਤ ਵਾਈਟਲ ਇਨਫੋਰਮੇਸ਼ਨ ਆ ਹੈ ਔਰ ਮੈਂ ਚਾਹਾਂਗਾ ਕਿ ਰੀਡਰਸ ਇਸ ਨੂੰ ਆਪਣੇ ਜੋ ਵੀਵਰਸ ਆ ਇਹਨੂੰ ਨੋਟ ਕਰ ਲੈਣ ਇਸ ਦੇ ਲਈ ਸਭ ਤੋਂ ਜ਼ਿਆਦਾ ਜੋ ਲਾਈਫ ਸੇਵਿੰਗ ਡਰਗ ਹੈ ਜੋ ਆਪਣੇ ਸਾਰੇ ਘਰਾਂ ਚ ਮੁਹਈਆ ਹੈ ਬੜੀ ਸਸਤੀ ਜੀ ਗੋਲੀ ਹੈ ਡਿਸਪ੍ਰਿਨ ਦੀ ਗੋਲੀ ਜਿਸ ਨੂੰ ਇੱਕ ਗੋਲੀ ਡਿਸਪ੍ਰਿਨ ਦੀ ਪਾਣੀ ਚ ਘੋਲ ਕੇ ਤੁਰੰਤ ਲੈ ਲੈਣੀ ਹੈ ਜਾਂ ਮੂੰਹ ਦੇ ਵਿੱਚ ਹੀ ਉਸ ਨੂੰ ਲੈ ਕੇ ਉਹਨੂੰ ਚਬ ਲੈਣਾ ਹੈ ਸੈਕੰਡ ਇਸੇ ਤਰ੍ਹਾਂ ਦੀ ਇੱਕ ਬਲੱਡ ਥਿਨਰ ਹੋਰ ਗੋਲੀ ਹੈ ਕਲੋਪੀਡੇਗਰਲ 75mg ਦੀਆਂ ਹਮ ਇਹ ਇਸ ਦੇ ਬਾਰੇ ਕੁਝ ਡਾਕਟਰਸ ਚਾਰ ਗੋਲੀਆਂ ਦੇਣੀਆਂ ਪ੍ਰੇਫਰ ਕਰਦੇ ਆਂ ਕੁਝ ਡਾਕਟਰਸ ਅੱਠ ਗੋਲੀਆਂ ਦੇਣੀਆਂ ਪ੍ਰੇਫਰ ਕਰਦੇ ਆਂ ਲੇਕਿਨ ਚਾਹੇ ਚਾਰ ਲੋ ਚਾਹੇ ਅੱਠ ਲੋ ਲੇਕਿਨ ਲੋ ਜ਼ਰੂਰ ਔਰ ਤੀਸਰੀ ਸਭ ਤੋਂ ਜ਼ਰੂਰੀ ਚੀਜ਼ ਉਹ ਜਿਹੜਾ ਜਦੋਂ ਜਦੋਂ ਪ੍ਰੋਬਲਮ ਹੋਈ ਇਹ ਕਿਸ ਤਰ੍ਹਾਂ ਲਈਏ ਜਾਂਦੀ ਹੈ ਇਹ ਸਰੇ ਪਾਣੀ ਦੇ ਨਾਲ ਬਹੁਤ ਥੋੜੇ ਜੇ ਪਾਣੀ ਦੇ ਨਾਲ ਠੀਕ ਹੈ ਇੱਕ ਗੋਲੀ ਐਟੋਰਲਿਪ 80mg ਐਟੋਰਵਾਸਟੈਟਿਨ 80mg ਇਹ ਤਿੰਨ ਮੈਡੀਸਿਨਸ ਹੈਗਿਆ ਨੇ ਮੈਂ ਰਿਪੀਟ ਕਰਦਾ ਡਿਸਪ੍ਰਿਨ ਇੱਕ ਗੋਲੀ ਕਲੋਪੀਡੇਗਰਲ 75mg ਦੀ 4 ਤੋਂ 8 ਗੋਲੀਆਂ ਐਟੋਰਲਿਪ ਐਟੋਰਵਾਸਟੈਟਿਨ 80mg ਇਹ ਤਿੰਨ ਮੈਡੀਸਿਨਸ ਜਿਹੜੀਆਂ ਹੈ ਇਮੀਡੀਏਟਲੀ ਪੇਸ਼ੈਂਟ ਨੂੰ ਦੇਣੀ ਹੈ ਇਸ ਦੇ ਨਾਲ ਉਸ ਦੀ ਲਾਈਫ ਨੂੰ ਜਿਹੜਾ ਥ੍ਰੈਟ ਹੈ ਉਹ 30% ਜਿਹੜਾ ਹੈਗਾ ਕੱਟ ਦिएगा ਔਰ ਇਮੀਡੀਏਟਲੀ ਕੁਆਲੀਫਾਈਡ ਡਾਕਟਰ ਦੇ ਕੋਲੇ ਉਸ ਨੂੰ ਲੈ ਕੇ ਜਾਣਾ ਹੈ ਔਰ ਇੱਕ ਜਿਹੜੀ ਅਖੀਰਲੀ ਚੀਜ਼ ਮੈਂ ਜ਼ਰੂਰ ਕਹਿਣੀ ਚਾਹੂੰਗਾ ਤੁਸੀਂ ਆਪਣਾ ਸਵਾਲ ਜਵਾਬ ਦਾ سلسلہ ਚਾਲੂ ਰੱਖ ਸਕਦੇ ਹੋ ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਜਦੋਂ ਬੰਦੇ ਦੇ ਸਟੈਂਟ ਪੈ ਜਾਂਦਾ ਹੈ ਜਦੋਂ ਬਾਈਪਾਸ ਸਰਜਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਵਾਕ ਵੀ ਕਰਨ ਲੱਗ ਜਾਂਦੇ ਆ ਉਸ ਤੋਂ ਬਾਅਦ ਉਹ ਆਪਣਾ ਲਾਈਫ ਸਟਾਈਲ ਵੀ ਚੇਂਜ ਕਰ ਲੈਂਦੇ ਆ ਉਸ ਤੋਂ ਬਾਅਦ ਉਹ ਖਾਣਾ ਪੀਣਾ ਵੀ ਆਪਣਾ ਕੰਟਰੋਲ ਚ ਕਰ ਲੈਂਦੇ ਆ ਉਸ ਤੋਂ ਬਾਅਦ ਐਨ ਬੰਦੇ ਬਣ ਜਾਂਦੇ ਆ ਐਨ ਵੇਟ ਰਿਡਕਸ਼ਨ ਵੀ ਹੋ ਜਾਂਦੀ ਹੈ ਸੋ ਕੀ ਮੈਂ ਸਾਰੇ ਵੀਵਰਸ ਨੂੰ ਪੁੱਛਣਾ ਚਾਹੁੰਦਾ ਕਿ ਆਪਾਂ ਉਹ ਕਰਕੇ ਫੇਰ ਬੰਦੇ ਬਣਾ ਚਾਹਾਂਗੇ ਜਾਂ ਉਹ ਡੈਮੇਜ ਹੋਣ ਤੋਂ ਪਹਿਲਾਂ ਹੀ ਆਪਾਂ ਬੰਦੇ ਬਣ ਜੀਏ ਤਾਂ ਕਿ ਹਾਂ ਉਹ 2 ਲੱਖ ਰੁਪਏ 3 ਲੱਖ ਰੁਪਏ ਖਰਚ ਕੇ ਹਾਰਟ ਦੇ ਵਿੱਚ ਇੱਕ ਛੱਲਾ ਪਵਾ ਕੇ ਦੋ ਛੱਲੇ ਪਵਾ ਕੇ ਫੇਰ ਬੰਦੇ ਬਣਾ ਨਾਲੋਂ ਅਗਰ ਆਪਾਂ ਪਹਿਲਾਂ ਹੀ ਇਹ ਚੀਜ਼ ਹੋ ਜਾਈਏ ਤਾਂ ਇਹਦੀ ਬੜੀ ਇਫੈਕਟਿਵ ਪ੍ਰੀਵੈਂਸ਼ਨ ਹੋ ਸਕਦੀ ਹੈ ਮੈਂ ਮੈਂ ਖੁਦ ਵੀ ਗੋਡੇ ਦੇ ਮਾਮਲੇ ਚ ਇਹੀ ਕੰਮ ਕੀਤਾ ਹੋਕਵੇਂ ਜੀ ਪਹਿਲਾਂ ਨਹੀਂ ਇਹਦਾ ਖਿਆਲ ਕਿ ਮੁਰਗੇ ਉਹ ਸਰਜਰੀ ਕਰਾਈ ਹੈ ਇਹ ਪ੍ਰੋਬਲਮ ਆਂਦੀ ਹੈ ਸਰ ਆਪਾਂ ਸਾਰੇ ਲੋਕ ਐਨੇ ਥੋੜੇ ਜੇ ਟਾਈਮ ਦੇ ਨਾਲ ਨਾ ਆਪਾਂ ਇਗਨੋਰ ਕਰਨ ਲੱਗ ਗਏ ਢੀਠ ਜੇ ਹੋ ਗਏ ਅੱਛਾ ਜਿਹੜੀ ਤੁਸੀਂ ਇਹ ਤਿੰਨ ਦੱਸਿਆ ਐਂਡਲਸ ਇਹ ਯੂਨੀਵਰਸਲੀ ਐਕਸੈਪਟਡ ਨਹੀਂ ਮਤਲਬ ਕਈ ਵਾਰੀ ਆਂਦਾ ਵੀ ਹਰੇਕ ਦੀ ਬਾਡੀ ਵੱਖਰੇ ਵੱਖਰੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਇਹ ਚੈਪਟਰ ਨਹੀਂ ਯੂਨੀਵਰਸਲੀ ਸਰ ਇਹ ਯੂਨੀਵਰਸਲੀ ਐਕਸੈਪਟਿੰਗ ਹੈ ਲੋਡਿੰਗ ਡੋਸ ਇਹਨੂੰ ਕਿਹਾ ਜਾਂਦਾ ਓਕੇ ਠੀਕ ਇਸ ਸਿਰਫ ਇਨਾ ਕੀ ਹੈ ਵੀ ਅਗਰ ਪੇਸ਼ੈਂਟ ਅਨਕੌਂਸ਼ੀਅਸ ਹੈ ਫਿਰ ਤਾਂ ਆਪਾਂ ਉਹਨੂੰ ਗੋਲੀਆਂ ਦੇ ਹੀ ਨਹੀਂ ਸਕਦੇ ਜਿਹੜਾ ਪੇਸ਼ੈਂਟ ਇੱਕਦਮ ਉਸਦੇ ਤਾਂ ਇੱਕਦਮ ਆਪਾਂ ਨੂੰ ਸੀਪੀਆਰ ਜਿਹੜੀ ਕਾਰਡੀਓ ਪਲਮਨਰੀ ਰੈਸਸਿਟੇਸ਼ਨ ਹੈ ਹਰ ਦਾ ਆਪਾਂ ਉਹ ਕਰਦੇ ਆ ਪੰਪਿੰਗ ਕਰਦੇ ਆ ਬਰੀਥਿੰਗ ਦਿੰਨੇ ਆ 에ਅਰਵੇ ਦੇਖਦੇ ਆ ਕਿ ਉਹ ਕਲੀਅਰ ਹੈ ਇਹ ਚੀਜ਼ਾਂ ਕਰਦੇ ਆ ਜਿਹੜਾ ਬੰਦਾ ਕੌਨਸ਼ੀਅਸ ਹੈ ਉਸਦੇ ਲਈ ਇਹ ਚੀਜ਼ ਕਰਨੀ ਹੈ ਔਰ ਤੁਰੰਤ ਉਸਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕਰਨਾ ਹੈ ਉਸ ਬੰਦੇ ਨੇ ਇਮੀਡੀਏਟਲੀ ਰੈਸਟ ਵੀ ਕਰਨਾ ਅਗਰ ਕੱਲਾ ਹੈ ਬੰਦਾ ਤਾਂ ਇਹ ਟੈਬਲੇਟਸ ਲੈ ਕੇ ਇਮੀਡੀਏਟਲੀ ਆਪਣੇ ਡਾਕਟਰ ਨੂੰ ਫੋਨ ਕਰੋ ਐਮਬੂਲੈਂਸ ਕਾਲ ਕਰੋ ਔਰ ਆਪਣੀ ਜਿੱਥੇ ਜਗ੍ਹਾ ਤੇ ਉਹ ਉੱਥੇ ਹੀ ਜਾ ਕੇ ਆਪਣਾ ਰੈਸਟ ਕਰ ਲਓ ਬਿਲਕੁਲ ਹਿਲਣਾ ਨਹੀਂ ਹੈ ਐਗਜ਼ਰਟ ਨਾ ਕਰੋ ਮਤਲਬ ਆਪਣੀ ਫਿਜ਼ੀਕਲ ਜ਼ੋਰ ਨਾ ਲਾਓ ਕਈ ਗੱਲ ਤੇ ਜੀ 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 ਸਰ ਬਹੁਤ ਮਿਹਰਬਾਨੀ ਡਾਕਟਰ ਅਵਨ ਜੀ ਦੇਖੋ ਦੋ ਤਿੰਨ ਗੱਲਾਂ ਥੋੜੀ ਨੇ ਹੋ ਤਾਂ ਲੰਬਾਈ ਗਿਆ ਛੋੜਾ ਇੱਕ ਤਾਂ ਇਹਨਾਂ ਨੇ ਕਿ ਕਿ ਲਗਾਤਾਰ ਜਿਹੜੇ ਚੈੱਕਅਪ ਟੈਸਟ ਜਿਹੜਾ ਬਹੁਤ ਜ਼ਰੂਰੀ ਹੈ ਫਿਰ ਜਿਹੜਾ ਲਾਈਫ ਸਟਾਈਲ ਜਿਹੜਾ ਖਾਣ ਪੀਣ ਦਾ ਖਿਆਲ ਫਿਰ ਲਾਈਫ ਸਟਾਈਲ ਤੇ ਤੇ ਇਹਨਾਂ ਨੇ ਕਿਹਾ ਵਰਕਆਊਟ ਜਿਹੜੇ ਯੂਥ ਵਾਸਤੇ ਕਾਜ਼ ਕਰਕੇ ਜੇ ਵਰਕਆਊਟ ਕਰਨਾ ਤਾਂ ਡਾਕਟਰ ਦੀ ਰਾਏ ਵੀ ਜ਼ਰੂਰ ਲੈ ਲੈਣੀ ਚਾਹੀਦੀ ਹੈ ਤੇ ਇਹ ਘਰਾਂ ਨੇ ਜਿਹੜੇ ਇਮੀਡੀਏਟ ਕੀ ਕੁਛ ਜੜੀਆਂ ਫੌਰੀ ਤੌਰ ਤੇ ਜੇਦੋ ਅਟੈਕ ਹੋਵੇ ਜਾਂ ਜੈਨਪੈਨ ਹੋਵੇ ਤਾਂ ਇਹ ਉਹਨਾਂ ਨੇ ਸੁਜੈਸਟ ਕੀਤੀਆਂ ਨੇ ਅਸੀਂ ਇਹਨਾਂ ਡਾਕਟਰ ਸਾਹਿਬ ਦਾ ਨੰਬਰ ਵੀ ਪਾ ਦਾਂਗੇ ਉਹਦੇ ਤੇ ਜੇ ਕਿਸੇ ਨੇ ਕੰਸਲਟ ਵੀ ਕਰਨਾ ਹੋਵੇ ਤਾਂ ਇਹਨੇ ਕਰ ਸਕਦਾ ਤੇ ਇਹਨਾਂ ਨਾਲ ਹੋਰ ਇਸ ਤਰ੍ਹਾਂ ਦੇ ਜਿਹੜੇ ਸਿਹਤ ਨਾਲ ਸੰਬੰਧਿਤ ਮੁੱਦਿਆਂ ਤੇ ਇਹਨਾਂ ਨਾਲ ਅਸੀਂ ਲਗਾਤਾਰ ਗੱਲਬਾਤ ਕਰਦੇ ਵੀ ਰਹਾਂਗੇ ਫਿਰ